भाई सानू पुछ के देखो, असी माड़े बंदे, असी मजदूर आदमी, 700 रुपया मेरी दिहाड़ी इत्थे काम करना, ठीक है? घर का बिल 30,000 रुपया आ गया, किन्ने देना है? कैवे देना है? इन्नी अखीर की थी हुई है, कोक दियां बोतलां छड के नैसले दे पानी दे आ गए असी। पिछला भाई बहुत चंगा, उदो 300-400 रुपया दिहाड़ी ही, लेकिन सुखना खाने हैं। अज 1,000 रुपया दिहाड़ी है, समझ लो रोटी पूरी मुश्किल हुई भी। वोट कला बंदा मैं की करांगा, साड़ी आवाम नहीं सही हैगी। सही दसा दे आम ही नहीं ना सही हैगी। 40,000 रुपया है भाई। सही है, सही है, बड़ा सही है। आगे खड़ा हो रहा था, औखा हो गया काम, औखा हो गया काम। किन्ना है बिल? दिहा लिया नहीं गा, वोट किसी ने भी नहीं पाना, सारे चवल बगैर तने। ऐसा ही गल है। मीटिंग ठीक है? नहीं सरकार, मैं अपना अपनी ग्राही करता। सारा हो रहे? अल्हम्दुलिल्लाह, शुक्र अल्लाह, करना पैंदा। बिल किन्ना? बिल है आना 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 बिल है। की कहोगे आज दे गल? 30,000 रुपया बिल आ गया, तो तू कहदा बिल ये ले आने? भाई सानू पुछ के देखो, असी माड़े बंदे, असी मजदूर आदमी, मेर नहीं है माड़े बंदे ना त्रो नहीं। 700 रुपया मेरी दिहाड़ी इत्थे काम करना, ठीक है? घर का बिल 30,000 रुपया आ गया, किन्ने देना? कैवे देना? यकीन मनो बिच भाई, असी घर च कोई मशीना नहीं लाइया, 600 यूनिट पाया उन्होंने कुड़ी, 600 यूनिट पाया। गुजारा हो रहा तुहाडा? नहीं भाई, क्यों नहीं? नहीं पीता जा रहा, एडी टेंशन बनी पाइन बहुत ज्यादा। ऐसी गल मगियाई ने इन्नी अखीर की थी हुई है, कोक दियां बोतलां छड़ के नैसले दे पानी दे आ गए असी। बोतल छड़ के दे पानी दे? हाँ जी पानी दे आ गए, ते हौली हौली सादे पानी दे आ गए ना। पाइन 4 रुपये होर पा लेने सी बोतला? नहीं पाए ना, मगियाई बड़ी हुई भी की करिए। बिल किन्ना है? पाइन बिल ते हली आना, ते कपड़े उतरने ने। वोट किनू पा? वोट किनू नहीं पाना? क्यों नहीं? नहीं पाए ना पा देंगे। ਕੀ ਮਾਮਲਾ ਹੈ? ਕਿਉਂ ਇਹਨੇ ਕਿਹਾ ਭਾਈ? ਬੜੀ ਮਹਿੰਗਾਈ ਹੋਈ ਵੀ 10,000 ਰੁਪਇਆ ਬਿੱਲ ਆਇਆ, ਦੱਸੋ ਸਾਨੂੰ ਇਹ ਕਿੱਥੇ ਜਾਈਏ ਹੁਣ? 800-900 ਰੁਪਇਆ ਦਿਹਾੜੀ ਹੈ ਮਾਸ਼ਾ ਅੱਲਾਹ, ਵੀ ਸਮਝ ਲੱਗ ਦਾਲ ਛਾ ਕੇ ਜਾਣੀ ਦਾ ਕਿਤੇ ਆ ਗਈ, ਆ ਗਈ ਤੇ ਪੁਰਬ ਆਈ ਤੇ ਰੋਟੀ ਤੋਂ ਬਾਅਦ ਆ ਰਹੇ। ਵੋਟ ਕਿਹਨੂੰ ਪਾ? ਵੋਟ ਗੋਲੀ ਦਾ ਪਾਵਾਂਗੇ ਜੇ ਕੋ ਹੁਕਮਰਾਨ ਸਹੀ ਆ, ਵੋਟ ਅਸੀਂ ਪਾਈਦਾ ਤੇ ਨੂਨ ਲੀਗ ਨੂੰ ਹੀ ਹੈ, ਪਰ ਐਤਕੀ ਮਾਰਤਾ ਉਹਨੇ ਵੀ ਸਾਨੂੰ ਥਾਂ ਦੇ, ਜਿਹਨੂੰ ਵੀ ਅਸੀਂ ਸਮਝਿਆ ਨਾ ਚੰਗਾ ਜੇ ਇਮਰਾਨ ਖਾਨ ਸਮਝਿਆ, ਤੇ ਉਹਨੇ ਵੀ ਤੁੰਨਤਾ, ਜੇ ਇਹਨਾਂ ਨੂੰ ਸਮਝਿਆ ਤੇ ਇਹਨਾਂ ਨੂੰ ਵੀ ਤੁੰਨਤਾ। ਸਾਰੇ ਨਾ ਕਰੋ ਭਾਈ, ਕੀ ਕਰੀਏ ਫਿਰ? ਸ਼ਹਿਰ ਤੋਂ ਇਲਾਵਾ ਕਿੱਧਰ ਚਲਈਏ, ਦੱਸੋ ਸਾਨੂੰ। ਸਾਡਾ ਹਾਲ ਬੁਰਾ ਹੋਇਆ ਪਿਆ ਸਾਹ ਜੀ, ਕੋਈ ਐਸਾ ਲੀਡਰ ਆਉਣਾ ਚਾਹੀਦਾ ਜਿਹੜਾ ਸਾਡਾ ਗਰੀਬਾਂ ਦਾ ਸੋਚੇ, ਇਹ ਜਿਹੜਾ ਲੀਡਰ ਹੁੰਦਾ ਆਪਣੇ ਆਪ ਦਾ ਸੋਚਦਾ, ਕੋਈ ਸਾਡੇ ਬਾਰੇ ਵੀ ਸੋਚੇ। ਵੇਖੋ ਸਾਡੇ ਬਾਲ। ਪਿਛਲਾ ਦੌਰ ਚੰਗਾ ਸੀ, ਹੁਣ ਪਿਛਲਾ ਭਾਈ ਬਹੁਤ ਚੰਗਾ ਸੀ, ਉਦੋਂ 300-400 ਰੁਪਇਆ ਦਿਹਾੜੀ ਸੀ, ਲੇਕਿਨ ਸੁਖਣਾ ਖਾਂਦੇ ਹਾਂ। ਅੱਜ 1,000 ਰੁਪਇਆ ਦਿਹਾੜੀ ਹੈ, ਤੇ ਸਮਝ ਲਓ ਰੋਟੀ ਪੂਰੀ ਮੁਸ਼ਕਿਲ ਹੋਈ ਵੀ। ਵੋਟ ਕਿਹਨੂੰ ਪਾਉਣਾ? ਵੋਟ ਭਾਈ ਜਿਹੜਾ ਕੋਈ ਸਹੀ ਆਇਆ ਹੁਣ ਹੀ ਪਾਵਾਂਗੇ, ਗੱਲ ਤਾਂ ਕਈਆਂ ਨੇ ਖੜੇ ਹੋ ਜਾਣਾ, ਜਿਹੜਾ ਕੋਈ ਦਿਲ ਨੂੰ ਚੰਗਾ ਲੱਗੇਗਾ ਉਹਨੂੰ ਪਾਵਾਂਗੇ ਵੋਟ। ਅੱਜ ਤੱਕ ਜਿਹਨੂੰ ਵੀ ਪਾਇਆ ਉਹਨੇ ਡਾਂਗ ਹੀ ਮਾਰਿਆ। ਆਵਾਮ ਜਿਹੜੀ ਮਰਨ ਦੀ ਗਰੀਬਾਂ ਨੂੰ 40-40,000 ਬਿੱਲ ਆ ਗਿਆ, ਸਾਨੂੰ 28,000 ਬਿੱਲ ਆਇਆ, 4 ਸਾਲ ਹੋ ਗਏ ਦੁਕਾਨ ਲਿੱਤੀ, ਇੰਨਾ ਬਿੱਲ ਹੀ ਨਹੀਂ ਕਦੀ ਆਇਆ ਜਿੰਨਾ ਹੈਜ਼ਾ ਆ ਗਿਆ। ਬਲਾਕ ਰਹੇ ਨਾ ਇਹ ਨਿਕਲੇ ਯਾਰ, ਰੋਡ ਇਕੱਲਾ ਬੰਦਾ ਮੈਂ ਕੀ ਕਰਾਂਗਾ? ਸਾਡੀ ਆਵਾਮ ਨਹੀਂ ਸਹੀ ਹੈਗੀ। ਸਹੀ ਦੱਸਾਂਗੇ ਆਮ ਕੀ ਹੋਇਆ ਸੀ? ਆਮ ਹੀ ਨਹੀਂ ਨਾ ਸਹੀ ਹੈਗੀ, ਰੌਲਾ ਤੇ ਆ ਭਾਈ। ਕੀ ਹਾਲ ਹੈ? ਠੀਕ। ਬਿੱਲ ਆਇਆ? ਹਾਂਜੀ ਬਿੱਲ ਆਇਆ। ਕਿੰਨਾ ਆਇਆ ਬਿੱਲ? ਹਮਨੇ 20,000 ਰੁਪਇਆ ਪੇ ਕਰ ਦੀ ਹੈ। ਸਹੀ ਹੈ? ਨਹੀਂ ਸਹੀ ਨਹੀਂ, 100 ਯੂਨਿਟ ਜ਼ਿਆਦਾ ਡਾਲੇ ਹੋਏ ਥੇ, ਲੇਕਿਨ ਮਜਬੂਰੀ ਹੈ ਫਿਰ ਪੇ ਕਰ ਦੀ ਹੈ ਹਮਨੇ। ਲੇਕਿਨ ਸੜਕ ਪੇ ਕਿਉਂ ਨਹੀਂ ਨਿਕਲੇ? ਪੇ ਕਿਉਂ ਗਿਆ? ਸੜਕ ਪੇ ਨਿਕਲੇ ਕਿਆ ਫਾਇਦਾ? ਪਿਛਲਾ ਬਿੱਲ ਵੀ ਜ਼ਿਆਦਾ ਥਾ, 4 ਦੀ ਰੋਡ ਬਲਾਕ ਰਹਾ, 4 ਦਿਨ ਬਾਅਦ ਕੁਛ ਵੀ ਨਹੀਂ ਹੋਇਆ, ਨਏ ਬਿੱਲ ਪ੍ਰਿੰਟ ਹੋ ਕੇ ਆ ਗਏ ਹੈ। ਹਾਂਜੀ ਪ੍ਰਿੰਟ ਹੋ ਕੇ ਨਏ ਬਿੱਲ ਆਏ ਹੈ, ਫਿਰ ਵੀ ਉਹ ਆ ਗਏ। ਵੋਟ ਕਿਸਕੋ ਡਾਲ? ਵੋਟ ਕਿਸਕੋ ਡਾਲਣਾ? ਵੋਟ ਅਭੀ ਸੋਚੇਂਗੇ, ਵੋਟ ਕਾ ਵੀ ਕੋਈ ਨਹੀਂ ਸੋਚਿਆ। ਪਹਿਲੀ ਜਵਾਬ ਆਓ ਜੀ, ਭਾਈ ਬੈਠੇ ਨੇ ਬੜੇ ਮਜ਼ੇ 'ਚ ਭਾਇਆ ਨਾ। ਅਸਲਾਮੁਅਲੈਕੁਮ ਯਾਰ, ਕੀ ਗੱਲ ਬਾਜ਼ਾਰ ਕਿਉਂ ਖਾਲੀ? ਬਾਜ਼ਾਰ ਮੁਲਕੀ ਹਾਲਾਤ ਇਸ ਤਰ੍ਹਾਂ ਗਏ ਹੈ ਕਿ ਬਾਜ਼ਾਰ ਕਿਸੇ ਕੇ ਜਿਵੇਂ ਪੈਸਾ ਹੋਗਾ ਉਹ ਖਾਣੇ ਪੀਣਾ ਪੂਰਾ ਕਰੇਗਾ, ਕਿ ਇੱਧਰ ਸ਼ਾਪਿੰਗ ਕਰਨੀ ਆਏਗਾ ਉਹ। ਆਪਣਾ ਬਿੱਲ ਕਿੰਨਾ ਹੈ? ਬਿੱਲ ਇਸ ਦੁਕਾਨ ਕਾ ਆਤਾ 12,000-13,000। ਘਰ ਕਾ 25,000-20,000। ਬਹੁਤ ਜ਼ਿਆਦਾ ਹੈ। ਸਹੀ ਤੋ ਵੋਟ ਕਿਸਕੋ ਡਾਲੇ? ਉਹੀ ਪਹਿਲੇ ਆਤਾ ਥਾ 6,000-7,000, ਅਬ 20,000-22,000। ਅਬ ਵੋਟ ਕਿਸਕੋ ਡਾਲ? ਵੋਟ ਕਿਸੀ ਕੋ ਵੀ ਨਹੀਂ। ਚਲੋ ਜੀ, ਕਿਸੀ ਕੋ ਵੀ ਨਹੀਂ। ਨਾਜ਼ਰੀਨ ਆਵਾਮ ਪਰੇਸ਼ਾਨ ਹੋਈ ਹੈ। ਭਾਈ ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਸਾਰਾ ਹੋ ਰਿਹਾ? ਕਿਸ ਤਰ੍ਹਾਂ ਹੋ ਰਿਹਾ ਯਾਰ? ਹੋ ਰਿਹਾ ਯਾਰ, ਤੁਹਾਡਾ ਹੋ ਰਿਹਾ ਹੋਏਗਾ, ਤੁਹਾਡਾ ਨਹੀਂ ਹੋ ਰਿਹਾ। ਬਿੱਲ ਕਿਸ ਕਿੰਨਾ ਆਇਆ? ਬਿੱਲ ਸਰਕਾਰ 15,000। ਸਹੀ ਹੈ? ਇੱਕ ਕਮਰੇ ਦਾ ਆ ਰਿਹਾ। ਇੱਕ ਕਮਰੇ ਦਾ? ਇੱਕ ਕਮਰੇ ਦਾ। ਪਹਿਲੇ ਸਹੀ ਦੌਰ ਸੀ ਹੁਣ? ਪਹਿਲੇ ਸਹੀ ਤੇ 2018 ਤੋਂ ਪਹਿਲੇ ਠੀਕ ਸੀ। ਆਓ ਜੀ ਆਓ, ਹਮ ਬਾਜ਼ਾਰ ਮੇਂ ਨਿਕਲ। ਕੀ ਹਾਲ ਹੈ?
ਸਾਰਾ ਹੋ ਰਿਹਾ ਜਨਾਬ ਅੱਲਾ ਦੀ ਰਹਿਮਤ ਸਾਰਾ ਹੋ ਰਿਹਾ ਗੁਜ਼ਾਰਾ ਕਿੱਥੋਂ ਹੋਣਾ ਸੌਦਾ ਲਿਆਈਦਾ ਉਸੇ ਦਿਨ ਪਿਆ ਰਹਿੰਦਾ ਵਿਕਦਾ ਨਹੀਂ ਬਹੁਤ ਪਰੇਸ਼ਾਨ ਕਿੰਨਾ ਹੈ ਬਿੱਲ ਕਦੀ 20,000 ਆ ਜਾਂਦਾ ਕਦੀ 18,000 ਆ ਸਹੀ ਹੈ ਸਹੀ ਹੈ ਹੀ ਨਹੀਂ ਗਾ ਕਿਹਨੂੰ ਵੋਟ ਪਾ ਜੋ ਅੱਲਾ ਤਾਲਾ ਨੂੰ ਮਨਜ਼ੂਰ ਹੈ ਹੁਣ ਕੋਈ ਅੱਛਾ ਬੰਦਾ ਆਵੇ ਜਿਹੜਾ ਜਿਹੜਾ ਕੌਮ ਦੀ ਹਿਫਾਜ਼ਤ ਕਰੇ ਕੌਣ ਹੈ ਤੁਸੀਂ ਖਲੋਇਓ ਮੈਂ ਤਾਂ ਕਹਿ ਰਿਹਾ ਨਹੀਂ ਅੱਲਾ ਹੀ ਜ਼ਾਤ ਕੋਈ ਅੱਛਾ ਬੰਦਾ ਕਰੇਗੀ ਚਲੋ ਜੀ ਆਜ ਸ਼ੁਕਰ ਨਾ ਹੋ ਰਿਹਾ ਅੱਲਾ ਪਾਕ ਦਾ ਬੜਾ ਹੀ ਕਰਮ ਹੈ ਬਿੱਲ ਕਿੰਨਾ ਹੈ ਬਿੱਲ ਆਇਆ 2,500 ਰੁਪਇਆ ਆਇਆ 500 ਆਹੋ ਪਾਕਿਸਤਾਨ ਵਿੱਚ ਇਹ ਵਾਹਤ ਬੰਦੇ ਹੈ ਵਾਹਤ ਇਹ ਸ਼ਖਸ ਹੈ ਜਿਨਕੋ 2,500 ਰੁਪਇਆ ਬਿੱਲ ਆਇਆ ਹੈ ਇਹਨਾਂ ਨੇ ਰਿਕਾਰਡ ਤੋੜ 2,500 ਕਿਉਂ ਹੈ ਤੇ ਜੇ ਬਾਲਣਾ ਹੀ ਨਹੀਂ ਤਾਂ ਆਉਣਾ ਹੀ ਇਹਨਾਂ ਬੱਤੀ ਤੋਂ ਬਗੈਰ ਬੱਤੀ ਤੋਂ ਬਗੈਰ ਹੀ ਨੇ ਪੱਖੇ ਤੋਂ ਵੀ ਪੱਖੇ ਤੋਂ ਬਗੈਰ ਲੈਟ ਤੋਂ ਵੀ ਲੈਟ ਤੋਂ ਬਗੈਰ ਹੀ ਸਹੀ ਹੈਗਾ ਹਾਂਜੀ ਬਹੁਤ ਹੀ ਆਸੇਗਾ ਹਾਂਜੀ ਮਜ਼ਾ ਸਾਰੋ ਕੋ ਮਸ਼ੁਰਾ ਨਾ ਲਾਈਟ ਚਲਾਏ ਨਾ ਪੰਖਾ ਲਜਾਏ ਨਾ ਬੱਤੀ ਚਲਾਓ ਗੈਸ ਵੀ ਲਾਓ ਕੁਛ ਵੀ ਨਾ ਚਲਾਓ ਫਿਰ ਵੀ 2,500 ਬਿੱਲ ਆ ਗਿਆ ਟੈਕਸੀ ਦਿੱਤੀ ਆ 2,500 ਗਵਰਨਮੈਂਟ ਨੂੰ ਖਾਲੀ ਟੈਕਸੀ ਆ ਜੀ ਕੀ ਹਾਲ ਹੈ ਠੀਕ ਹੈ ਸਾਰਾ ਹੋ ਰਿਹਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਉਹ ਕਹਿ ਰਹੇ ਨੇ ਹੋ ਰਿਹਾ ਗੁਜ਼ਾਰਾ ਕਿਸ ਚੀਜ਼ ਦਾ ਗੁਜ਼ਾਰਾ ਹੋ ਰਿਹਾ ਬਿੱਲ ਕਿੰਨਾ ਹੈ ਬਿੱਲ 35,000 ਰੁਪਇਆ ਸਹੀ ਹੈ ਨਹੀਂ ਨਾ ਸਹੀ ਹੈ ਭਾਜੀ ਵੋਟ ਕਿਹਨੂੰ ਪਾਣਾ ਵੋਟ ਕਿਸੇ ਨੂੰ ਨਹੀਂ ਪਾਣਾ ਹੈ ਕਿਉਂ ਵੋਟ ਵਾਲੇ ਕਾਬਲ ਹੀ ਕੋਈ ਨਹੀਂ ਗਏ ਇਦਾਂ ਦੇ 20-25,000 ਦੇ ਤੇ ਪਾ ਦੇ ਨਹੀਂ ਫੇਰ ਕੁਛ ਨਹੀਂ ਪਾ ਸਕਦੇ ਇਸ ਤਰ੍ਹਾਂ ਦਾ ਕੰਮ ਕੀਤਾ ਹੀ ਨਹੀਂ ਅੱਛਾ ਹਾਂਜੀ ਪੱਕੇ ਹੋ ਪੱਕੇ ਅੱਛਾ ਚਾਚਾ ਜੀ ਕਹਿ ਰਹੇ ਭਾਵ ਪਾਣ ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਕੀ ਮਾਮਲਾ ਚੱਲ ਰਹੇ ਨੇ ਵਾਮ ਤੰਗ ਕਿਉਂ ਤੰਗ ਕੀ ਤੁਸੀਂ ਕੀਤਾ ਸਾਨੂੰ ਤੰਗ ਤੁਸੀਂ ਗਵਰਨਮੈਂਟ ਨੇ ਤੰਗ ਕੀਤਾ ਭੁੱਖੇ ਮਰਨ ਨੇ ਕਾਰੋਬਾਰ ਤੋਂ ਵਾਮ ਦਾ ਕਸੂਰ ਵਾਮ ਦਾ ਕਾਹਦਾ ਕਸੂਰ ਹੈ ਜਿਹਨੇ ਵੋਟ ਲਏ ਉਹਨਾਂ ਦਾ ਕਸੂਰ ਹੈ ਸਾਡਾ ਕਿਸੇ ਦੁਕਾਨ ਦੇ ਖਾਲੀ ਹੋਈ ਵੀ ਬੁਰਾ ਹਾਲ ਬੌਂਗੇ ਦਿਹਾੜੇ ਸਾਰੀ ਦਿਹਾੜੀ ਵਿਹਲੇ ਸੁਬਹਾ ਆਏ ਰਾਤ ਨੂੰ ਚਲੇ ਗਏ ਬਿੱਲ ਦੇ ਛੱਡੋ ਬਸ ਇਹੀ ਕੰਮ ਕਰਨਾ ਹੋਰ ਕੀ ਵੋਟ ਕਿਹਨੂੰ ਪਾਣਾ ਵੋਟ ਕਿਸੇ ਨੂੰ ਨਹੀਂ ਪਾਣਾ ਭਾਜੀ ਜਾਇਆ ਵੋਟ ਖਾ ਆਪਣੇ ਹਾਂਜੀ ਮਰ ਗਏ ਭੁੱਖੇ ਭਾਈ ਸਿੱਧੀ ਗੱਲ ਹੈ ਵੋਟ ਕਿਸ ਕੋ ਡਾਲ ਵੋਟ ਕਿਸੇ ਕੋ ਨਹੀਂ ਡਾਲਣਾ ਇਤਨੇ ਬੁਰੇ ਹਾਲਾਤ ਹੋ ਗਏ ਹੈ ਮੁਲਕ ਕੇ ਕਿਆ ਕਰੇ ਹਮ ਇਹ ਦੇਖੇ ਕਾਰ ਜੋ ਮਰਜ਼ੀ ਆ ਜਾਏ ਸੁਬਹਾ ਕੇ ਬੈਠ ਬੈਠ ਕੇ ਟਾਂਗੇ ਦਰਦ ਹੋ ਰਹੀਆਂ ਇਧਰ ਕੇ ਕਿਆ ਕਰੇ ਹਮ ਮਾਰਕੀਟ ਕਿਤਨੀ ਦੇਰ ਬਾਅਦ ਚੱਕਣ ਲੱਗ ਮਾਰਕੀਟ ਅਬ ਸਾਲ ਬਾਅਦ ਲੱਗ ਰਿਹਾ ਹੈ ਨਹੀਂ ਆ कसम से नहीं लग रहा पहले कितनी देर 3-4,000 रुपया सेल कर रहे हैं वो खा पी के उठ के घर चले जाते हैं तो क्या कितना आया चाचू 40,000 रुपया आया भाई सही है बड़ा सही है आगे क्या बात है पुत्र बड़ा चंगा है आगे सही नहीं है वो 1,50,000 रुपया आना जी 40,000 का की फायदा है लुमा चलाने पे थे ਜੇ ਬੰਦੇ ਨੂੰ 50,000 ਕਹਿੰਦਾ ਸਹੀ ਹੈ ਨਹੀਂ ਇਹਦੇ ਲੁਮਾ ਚਲਾਣੇ ਪੈ ਦੁਕਾਨ ਵੇਖ ਨਾ ਇਧਰ 3-4 ਬਲਬ ਚੱਲਣ ਦੇ ਨੇ ਪੱਕੇ ਬੰਦ ਨੇ ਯਾਰ ਰੋਡ ਤੇ ਕਿਉਂ ਨਹੀਂ ਨਿਕਲ ਰਹੇ ਰੋਡ ਤੇ ਕਿੱਥੇ ਨਿਕਲੀਏ ਰੋਟੀ ਕਮਾਈਏ ਕਿ ਰੋਡ ਤੇ ਨਿਕਲੀਏ ਯਾਰ ਕੀ ਕਰੀ ਰੋਡ ਤੇ ਇਕੱਲੇ ਨਿਕਲ ਕੇ ਕੀ ਕਰਾਂਗੇ ਇਹਨਾਂ ਨੂੰ ਮਜਬੂਰ ਕਰਦਾ ਇੰਨਾ ਬੁਰਾ ਹਾਲ ਕਰਦਾ ਅੱਲਾ ਇਹਨਾਂ ਨੂੰ ਪੁੱਛਣ ਵਾਲਾ ਹੈ ਅੱਲਾ ਹੀ ਪੁੱਛੇ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਂਜੀ ਕੀ ਗੁਜ਼ਾਰਾ ਹੋ ਰਿਹਾ ਤੁਹਾਡਾ ਕਿਥੋਂ ਗੁਜ਼ਾਰਾ ਬੜੇਵਾ ਹੋ ਰਿਹਾ 8,000 ਦਾ ਬਿੱਲ ਆਇਆ ਪਿਆ 8,000 8,000 ਦਾ ਬਿੱਲ ਜ਼ਿੰਦਗੀ ਦਾ ਪਹਿਲਾ 4-8,000 ਦਾ ਬਿੱਲ ਆਇਆ ਤੇ 3 ਜੀ ਇਹ ਪੱਖੇ ਕਿੰਨੇ ਚਲਾਉਂਦੇ 12 ਵੋਲਟ ਦੇ ਪੱਖੇ 2 ਚੱਲਦੇ ਨੇ ਆ 12 ਵੋਲਟ ਦੇ 2 ਪੱਖੇ ਚੱਲਦੇ ਨੇ ਵੋਟ ਕਿਹਨੂੰ ਹਾਂ ਵੋਟ ਆ ਲੱਭਿਆ ਕਿ ਯਾਰ ਸੋਲ ਲਾਂ ਤਰੀਕੇ ਲੱਭਿਆ ਲੱਭਿਆ ਆਓ ਜੀ ਲੈ ਕੇ ਬਹਿ ਗਏ ਨੇ ਜਦੋਂ ਦੇ ਆ ਗਿਆ ਸਾਡਾ ਤੇ ਖਾਣਾ ਪੀਣਾ ਸਾਡੇ ਬੱਚਿਆਂ ਨੂੰ ਪਾਲਣਾ ਸਾਡੇ ਲਈ ਤੇ ਉਹ ਮੁਸ਼ਕਲ ਬਣ ਗਿਆ ਕਿ ਕੋਈ ਸੋਚ ਨਹੀਂ ਸਕਦਾ ਬੰਦਾ ਕਿ ਮਾਮਲਾ ਬਣਿਆ ਕੀ ਆ ਅਖੀਰ ਹੋ ਗਈ ਆ ਸਾਡਾ ਜੀਣਾ ਹਰਾਮ ਕਰ ਦਿੱਤਾ ਹੈ ਅਸੀਂ ਤੇ ਆਪਣੇ ਬੱਚਿਆਂ ਨੂੰ ਕਮਾ ਕੇ ਰੋਟੀ ਖਵਾਉਣ ਜੋਗੇ ਜਿਹੜੇ ਨਾ ਉਹ ਨਹੀਂ ਗਈ ਹੁਣ ਯੂਨਿਟ ਫ੍ਰੀ ਕਰਾਂਗੇ ਤੁਹਾਡੇ ਲਈ ਯੂਨਿਟ ਸਾਡਾ ਸੇਰ ਕਰੇਗਾ ਜਦੋਂ ਸਾਨੂੰ ਕੋਈ ਇੰਨਾ ਮਕਸਦ ਰੋਟੀ ਖਾਣ ਨੂੰ ਨਹੀਂ ਮਿਲਦੀ ਵੀ ਆਟਾ ਨਹੀਂ ਮਿਲਦਾ ਪਿਆ ਕਿ ਉਹ ਨਹੀਂ ਮਿਲਦਾ ਪਿਆ ਫਿਰ ਅਸੀਂ ਯੂਨਿਟ ਨੂੰ ਅਸੀਂ ਕੀ ਕਰਨਾ ਅਸੀਂ ਤੇ ਗਏ ਇਮਰਾਨ ਖਾਨ ਨੂੰ ਇਮਰਾਨ ਖਾਨ ਅਸੀਂ ਇਮਰਾਨ ਖਾਨ ਦੇ ਚੱਲੇ ਬਾਬਾ